ਸ਼ੀਸ਼ ਮਹਿਲ ਦੀ ਮਰਮਤ ਲਈ ਫੰਡ ਨਾ ਹੋਣ ਕਾਰਨ ਠੇਕੇਦਾਰਾਂ ਨੇ ਕੰਮ ਕੀਤਾ ਬੰਦ। ਸ਼ਾਹੀ ਸ਼ਹਿਰ ਪਟਿਆਲਾ ਦੀ ਸ਼ਾਨ ਨੂੰ ਚਾਰ ਚੰਦ ਲਾਉਣ ਅਤੇ ਸਰਕਾਰ ਲਈ ਕਿਸੇ ਸਮੇਂ ਮੋਟੀ ਕਮਾਈ ਦਾ ਸਾਧਨ ਬਣਵਾਉਣ ਵਾਲੀ ਵਿਰਾਸਤੀ ਇਮਾਰਤ ਆਰਟ ਗੈਲਰੀ ਸ਼ੀਸ਼ ਮਹਿਲ ਦੀ ਚੱਲ ਰਹੀ ਮਰਮਤ ਸਰਕਾਰ ਵੱਲੋਂ ਫੰਡ ਨਾ ਜਾਰੀ ਹੋਣ ਕਰਕੇ ਅਧਵਚਕਾਰ ਲਟਕੀ ਹੈ। ਜਦੋਂ ਕਿ ਇਸ ਦੀ ਮਰਮਤ ਕਰ ਰਹੇ ਠੇਕੇਦਾਰਾਂ ਵੱਲੋਂ ਵੀ ਆਪਣਾ ਸਮਾਨ ਸਮੇਟ ਲਿਆ ਗਿਆ ਹੈ। ਮੋੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੇ ਪੁਰਖਿਆਂ ਵੱਲੋਂ ਸਨ 1847 ਵਿੱਚ ਸ਼ਾਹੀ ਮਰਵਾਗ ਲਾਹੌਰ ਦੀ ਤਰਜ਼ ਤੇ ਫੁਹਾਰੇ, ਫੁੱਲ ਬਾਗ ਅਤੇ ਮਹਿੰਗੀਆਂ ਮਿਨਾਕਾਰੀਆਂ ਨਾਲ ਇਸ ਅਤੀ ਸੁੰਦਰ ਇਮਾਰਤ ਨੂੰ ਤਿਆਰ ਕਰਵਾਇਆ ਗਿਆ ਸੀ। ਇਸ ਮੌਕੇ ਤੇ ਡਿਪਟੀ ਕਮਿਸ਼ਨਰ ਅਮਿਤ ਕੁਮਾਰ ਨੇ ਕਿਹਾ ਜਿਹੜਾ ਕਲਚਰ ਐਂਡ ਟੂਰਿਜ਼ਮ ਜਿਹੜਾ ਡਿਪਾਰਟਮੈਂਟ ਹੈ ਉਹ ਇਹਦੀ ਦੇਖਰੇਖ ਕਰਦਾ ਹੈ ਉਹਨਾਂ ਦੇ ਅਧੀਨ ਜਿਹੜੀ ਹੈਗੀ ਇਹਦੀ ਮਰਮਤ ਤੇ ਕੰਸਟਰਕਸ਼ਨ ਚੱਲ ਰਹੀ ਸੀਗੀ। ਹਾਲੇ ਮੈਨੂੰ ਪਤਾ ਨਹੀਂ ਕਿ ਕਿਸ ਕਾਰਨ ਕਰਕੇ ਰੁਕੀ ਹੈ ਕਿ ਬਟ ਅਗਰ ਕੋਈ ਇਸ਼ੂ ਵੀ ਹੈਗਾ ਤਾਂ ਅਸੀਂ ਜਿਹੜਾ ਹੈਗਾ ਕਲਚਰ ਡਿਪਾਰਟਮੈਂਟ ਨਾਲ ਟੇਕ ਅਪ ਕਰਾਂਗੇ